ਘਰ ਦੇ ਮੈਨੂੰ ਬਹੁਤ ਪੈਂਦਾ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਤੇ ਮੰਮੀ ਆ ਜੀ ਇਹ ਬਾਲਾ ਹੀ ਬੋਲਦਾ ਹੈ ਜੀ ਮਤਲਬ ਕਿ ਇੱਦਾਂ ਦੀ ਦਵਾਈ ਦੂਈ ਦਿਓ ਜੀ ਜਾਣੀ ਕਿ ਜੇ ਨਾ ਰਾਤ ਨੂੰ ਟਕਾਇਆ ਨਾ ਦਿਨ ਨੂੰ ਟਕਾਇਆ ਰਾਤ ਨੂੰ ਵੀ ਅਸੀਂ ਤਿੰਨ ਚਾਰ ਜਣੇ ਮੁੰਡੇ ਆ ਗਏ ਇਹਦੇ ਸੰਗਲ ਸੁੰਗਲ ਲਾਉਣੇ ਆ ਜੀ ਬਾਲਾ ਸਾਲਾ ਔਖਾ ਹੈ ਬੜੀ ਮਿਹਰਬਾਨੀ ਹੋਊਗੀ ਤੁਹਾਡੀ ਜਿੱਦਾਂ ਵੀ ਮਰਜ਼ੀ ਕਰਕੇ ਇਹ ਤੁਹਾਡੀ ਹੁਣ ਵੀਡੀਓ ਦੇਖ ਕੇ ਥੋੜ੍ਹਾ ਚੁੱਪ ਹੈ ਨਹੀਂ ਮਤਲਬ ਕਿ ਬਾਲਾ ਹੀ ਬੋਲਦਾ ਜੀ ਆਵਾਂ ਗਾਉਣਾ ਹੀ ਆਹ ਸੰਗਲ ਤੁਹਾਡੇ ਸਾਹਮਣੇ ਦੇਖ ਲਓ ਲਾਇਓ ਆ ਹੱਥ ਦੇ ਸਵੇਰੇ ਹੀ ਖੋਲ੍ਹੇ ਆ ਜੀ ਰਾਤ ਨੂੰ ਵੀ ਹੱਥਾਂ ਦੇ ਲਾਉਣੇ ਪੈਂਦੇ ਆ ਭਾਂਡੇ ਭੂੰਡੇ ਜੋ ਆ ਦੇਖ ਲਓ ਸੁੱਚ ਦੇਖ ਲਓ ਜੀ ਆ ਬਾਕੀ ਠੀਕ ਹੈ ਜੀ ਹੋਰ ਕੋਈ ਨਹੀਂ ਹੈਗਾ ਇੱਦਾਂ ਦਾ ਬਸ ਆਹੀ ਹੈ ਮਾੜਾ ਜਿਹਾ ਦਵਾਈ ਹੁਣ ਆਪਣੇ ਹਿਸਾਬ ਨਾਲ ਤੁਸੀਂ ਦੇ ਦਿਓ ਨਾ ਰਾਤ ਨੂੰ ਸੌਂਦਾ ਨਾ ਦਿਨ ਨੂੰ ਸੌਂਦਾ ਜੀ ਦੇਖ ਲਓ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਫਿਰ ਸੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਸੀਗਾ ਅੱਜ 23 ਦਿਨਾਂ ਬਾਅਦ ਇਹਨੂੰ ਵੀਰ ਨੂੰ ਛੁੱਟੀ ਮਿਲੀ ਆ ਹੋਸਪਿਟਲ ਤੋਂ ਵੀਰ ਮੈਂਟਲੀ ਅਪਸੈਟ ਆ ਮੋਜਾ ਮਾਜਰਾ ਪਿੰਡ ਆ ਬਾਈ ਦਾ ਬਲਾਚੌਰ ਦੇ ਕੋਲੇ ਮੌਜਾਂ ਵਾਲਾ ਮਜ਼ਾਰਾ ਮੌਜਾਂ ਵਾਲਾ ਮਜ਼ਾਰਾ ਅਤੇ ਬਾਈ ਨੇ ਮੌਜਾਂ ਹੀ ਲਈਆਂ ਵਾ 13-14 ਸਾਲ ਬਸ ਇੱਦਾਂ ਦੇ ਹਾਲਾਤ ਸੀਗੇ ਵੀ ਮੈਂਟਲੀ ਠੀਕ ਨਹੀਂ ਸੀ ਵੀਰ ਭੈਣ ਦਾ ਜਦੋਂ ਵਿਆਹ ਹੋਇਆ ਇਹਨੂੰ 13 ਸਾਲ ਹੋ ਗਏ ਨੇ ਭੈਣ ਦੱਸਦੇ ਆ ਵੀ ਉਦੋਂ ਤੋਂ ਹੀ ਇਹ ਇੱਦਾਂ ਹੀ ਆ ਵੀ ਇਹਦੀ ਬੱਚਿਆਂ ਵਾਂਗੂ ਕੇਅਰ ਕਰਨੀ ਪਈ ਹੁਣ ਇਹਦੀ 12 ਸਾਲਾਂ ਦੀ ਬੇਟੀ ਹੈ ਇੱਕ 10-11 ਸਾਲ ਦਾ ਬੇਟਾ ਵਾ ਪਰ ਇਹ ਵੀਰ ਦੇ ਦਿਮਾਗੀ ਹਾਲਾਤ ਠੀਕ ਨਾ ਹੋਣ ਕਰਕੇ ਇਹਨੂੰ ਕੋਈ ਸੁੱਧ ਬੁੱਧ ਨਹੀਂ ਆਪਣੇ ਬੱਚਿਆਂ ਦੀ ਨਾ ਆਪਣੇ ਪਰਿਵਾਰ ਦੀ ਸਿੰਗਲ ਲਾ ਕੇ ਬੰਨਣਾ ਪੈਂਦਾ ਸੀਗਾ ਜਿੱਦਾਂ ਭੈਣ ਨੇ ਦੱਸਿਆ ਬੱਚੇ ਵੀ ਡਰਦੇ ਸੀਗੇ ਵੀ ਘਰ ਦੇ ਵਿੱਚ ਕਿਤੇ ਸਾਨੂੰ ਮਾਰੇ ਨਾ ਕੁੱਟੇ ਨਾ ਜੇ ਕਿਤੇ ਖੋਲ੍ਹ ਵੀ ਦਿੰਦਾ ਸੀਗੇ ਕੋਈ ਆ ਕੇ ਕੋਈ ਭਰਾ ਭਤੀਜਾ ਤਾਂ ਜਵਾਕ ਉਹਨਾਂ ਦਿਨ ਡਰ ਅਤੇ ਸਹਿਮ ਦੇ ਨਾਲ ਜ਼ਿੰਦਗੀ ਬਤੀਤ ਕਰਦੇ ਸੀ ਅਤੇ ਹੁਣ ਇਹ ਭੈਣ ਸਾਡੇ ਕੋਲ ਕੈਂਪ ਦੇ ਵਿੱਚ ਲੈ ਕੇ ਆਏ ਸੀਗੇ ਅਤੇ ਡਾਕਟਰ ਸਾਹਿਬ ਨੂੰ ਅਸੀਂ ਜਦੋਂ ਗੱਲ ਕੀਤੀ ਮਿਲਾਇਆ ਤਾਂ ਉਹਨਾਂ ਨੇ ਦੱਸਿਆ ਵੀ ਇਹਨਾਂ ਨੂੰ ਦਾਖਲ ਕਰਨ ਦੀ ਲੋੜ ਆ ਹਾਲਤ ਜ਼ਿਆਦਾ ਵਿਗੜੀ ਸੀ ਅਗਰੈਸਿਵ ਬਹੁਤ ਜ਼ਿਆਦਾ ਸੀ ਗੁੱਸਾ ਬਹੁਤ ਜ਼ਿਆਦਾ ਕਰਦੇ ਸੀ ਨੀਂਦ ਨਹੀਂ ਆ ਰਹੀ ਸੀ ਕਈ ਦਿਨਾਂ ਤੋਂ ਤਾਂ ਫਿਰ ਉੱਥੇ ਅਸੀਂ ਸੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉੱਥੇ ਇਹਨਾਂ ਦਾ ਟ੍ਰੀਟਮੈਂਟ ਚੱਲਿਆ 23 ਦਿਨਾਂ ਬਾਅਦ ਅੱਜ ਛੁੱਟੀ ਮਿਲੀ ਆ ਕਹਿੰਦੇ ਸੁਖਵਿੰਦਰ ਸਿੰਘ ਵੀਰ ਬਹੁਤ ਠੀਕ ਆ ਭੈਣੇ ਅੱਗੇ ਨੂੰ ਫਰਕ ਪੈ ਗਿਆ ਹੁਣ ਸਹੀ ਸੁਣਦੇ ਨੀਂਦ ਵਿਗੜੀ ਜਾਂਦੀ ਗੱਲਾਂ ਵੀ ਵਧੀਆ ਕਰਦੇ ਅਤੇ ਵਾਹਿਗੁਰੂ ਦੀ ਕਿਰਪਾ ਤੁਹਾਡੀਆਂ ਦਵਾਵਾਂ ਸੀ ਐਮ ਸੀ ਹਸਪਤਾਲ ਦੇ ਵਿੱਚ ਵੀਰ 23 ਦਿਨ ਦਾਖਲ ਰਹੇ 23 ਦਿਨਾਂ ਦਾ ਹਸਪਤਾਲ ਦਾ ਬਿੱਲ ਆ ਜਿਹੜਾ ਉਸ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਦਿੱਤਾ ਪਤਾ ਨਹੀਂ ਉਹ ਕਿਹੜੇ ਭੈਣ ਭਰਾ ਸੀਗੇ ਜਿਹੜੇ ਆ ਕੇ ਸਾਡੇ ਹਸਪਤਾਲ ਦੇ ਬਿੱਲਾਂ ਦੇ ਵਿੱਚ ਹਿੱਸਾ ਪਾ ਕੇ ਜਾਂਦੇ ਨੇ ਅਤੇ ਅਸੀਂ ਹਰ ਚੀਜ਼ ਆ ਜਿਹੜੀ ਸਾਡੀ ਇੱਥੇ ਬੋਰਡਾਂ ਦੇ ਉੱਪਰ ਲਿਖ ਦਿੰਦੇ ਹਾਂ ਜਿੱਦਾਂ ਤੁਸੀਂ ਤਸਵੀਰ 'ਚ ਵੀ ਦੇਖਦੇ ਹੋ ਅਤੇ ਜਿਹੜੀਆਂ ਸਾਡੀਆਂ ਰਿਕੁਆਇਰਮੈਂਟਾਂ ਹੋਸਪਿਟਲਾਂ ਦੇ ਕੋਈ ਬਿੱਲ ਦੇਣ ਵਾਲੇ ਹੁੰਦੇ ਆ ਉਹ ਸੰਗਤ ਆਪੇ ਇੱਥੋਂ ਪੜ੍ਹ ਕੇ ਕੋਈ ਨਾ ਕੋਈ ਭੈਣ ਭਰਾ ਉੱਥੇ ਹਿੱਸਾ ਪਾ ਲੈਂਦੇ ਨੇ ਨੁਕਤਾ ਦੀ ਸੇਵਾ ਪਰਿਵਾਰ ਕੋਈ ਵੀ ਪੈਸਾ ਵਾ ਜਿਹੜਾ ਕੈਸ਼ ਦੇ ਵਿੱਚ ਸੇਵਾ ਨਹੀਂ ਲੈਂਦੇ ਕਿਸੇ ਤੋਂ ਵੀ ਪਰ ਸਾਡੀ ਹਰ ਜ਼ਰੂਰਤ ਵਾਹਿਗੁਰੂ ਪੂਰੀ ਕਰਦੇ ਨੇ ਅੱਜ ਸੁਖਵਿੰਦਰ ਸਿੰਘ ਦਾ ਵੀ ਠੀਕ ਹੋਣਾ ਇਹ ਗੱਲ ਦਰਸਾਉਂਦਾ ਵਾ ਤੁਹਾਡੀਆਂ ਦੁਆਵਾਂ ਅਤੇ ਤੁਹਾਡੀਆਂ ਅਰਦਾਸਾਂ ਅਤੇ ਉਸ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਵੀਰ ਅੱਜ ਛੁੱਟੀ ਹੋ ਕੇ ਆਪਣੇ ਪਰਿਵਾਰ 'ਚ ਚੱਲਿਆ ਘਰੇ ਚੱਲਿਆ ਅੱਛਾ ਜ਼ਮੀਨ ਕਿੰਨੀ ਜ਼ਮੀਨ ਆ ਬਾਈ ਤੇਰੇ ਕੋਲ 5-6 ਕਿੱਲੇ ਹੁਣ ਕੰਮ ਕਰੀ ਮਿਹਨਤ ਕਰੀ ਜਾ ਕੇ ਘਰੇ ਅਤੇ ਵਾਹਿਗੁਰੂ ਇਸ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਇਸ ਭੈਣ ਨੂੰ ਸੁੱਖ ਦੇਵੇ ਹੁਣ ਵਾਹਿਗੁਰੂ 13 ਸਾਲ ਤੋਂ ਭੈਣ ਵਿਆਹ ਕੇ ਆਏ ਨੇ ਦੁੱਖਾਂ ਦੇ ਵਿੱਚ ਹੀ ਚੱਲ ਰਹੀ ਹੈ ਜ਼ਿੰਦਗੀ ਅਤੇ ਬਸ ਤੁਹਾਡੀਆਂ ਦੁਆਵਾਂ ਦੀ ਅਤੇ ਅਰਦਾਸਾਂ ਦੀ ਜ਼ਰੂਰਤ ਆ ਸੁਖਵਿੰਦਰ ਸਿੰਘ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ